ਠੀਕ ਆ ਚੰਗਾ ਫਿਰ ਮੈਂ ਜਾ ਰਹੀ ਹਾਂ ਡਿਊਟੀ ਓਕੇ ਬਾਏ ਓਕੇ ਓਕੇ ਨਾਲੇ ਸਕੂਟੀ ਹੌਲੀ ਚਲਾਇਆ ਕਰ ਲੋਕ ਤੇਰੀਆਂ ਸ਼ਿਕਾਇਤਾਂ ਆਉਂਦੇ ਨੇ ਕਦੇ ਭਾਬੀ ਸਕੂਟੀ ਬਹੁਤ ਤੇਜ਼ ਚਲਾਉਂਦੀ ਹੈ ਹੋਰ ਨਾ ਕਹਿੰਦੇ ਨਿਆਣੇ ਤੇ ਚੜ੍ਹਦੀ ਉੱਥੇ ਉਹਨਾਂ ਦੇ ਜਵਾਕ ਖੇਡਦੇ ਹੁੰਦੇ ਨੇ ਹੋਰ ਪੰਗਾ ਖੜਾ ਕਰੇਂਗੀ ਯਾਰ ਮੈਂ ਕੀ ਕਰਾਂ ਲੋਕਾਂ ਦੀ ਆਦਤ ਇੰਨੀ ਗੰਦੀ ਆ ਐ ਝਾਂਕਦੇ ਆ ਮੇਰੇ ਵੱਲ ਜਿਵੇਂ ਕਦੀ ਕੋਈ ਜਨਾਨੀ ਨਾ ਦੇਖੀ ਹੋਵੇ ਫਿਰ ਮੈਂ ਤਾਂ ਸਕੂਟੀ ਦਾ ਬਰੋਲਾ ਹੀ ਬਣਾ ਦਿੰਦੀ ਹਾਂ ਓ ਚੰਗਾ ਚੰਗਾ ਬਰੋਲਿਆ ਹੋਰ ਨਾ ਕਹਿੰਦੇ ਲੇਟ ਹੋਈ ਡਿਊਟੀ ਤੋਂ ਲੰਘ ਜਾ ਹੁਣ ਠੀਕ ਹੈ ਚੰਗਾ ਬਾਏ ਸੁਣੋ ਮੇਰੀ ਸਕੂਟੀ ਨਹੀਂ ਸਟਾਰਟ ਹੋ ਰਹੀ ਤੁਸੀਂ ਜਾਂਦੇ ਹੋ ਛੱਡ ਦਿਓ ਮੈਨੂੰ ਠੀਕ ਆ ਚਲੋ ਚਲੀਏ ਜੱਟੀ ਵੱਲ ਨੂੰ ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ ਤੇਰੀ ਸਾਂਭ ਸਾਂਭ ਰੱਖੂ ਹਰ ਗੱਲ ਨੂੰ ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ ਦੇਖਿਓ ਬੜੇ ਰੋਮੈਂਟਿਕ ਹੋ ਰਹੇ ਹੋ ਲੱਗਦਾ ਕੋਈ ਡਿਮਾਂਡ ਰੱਖਣੀ ਹੋਣੀ ਸੂਟ ਚਾਹੀਦਾ ਯਾਰ ਕੁਛ ਹੋਰ ਲੈਣਾ ਨਹੀਂ ਨਹੀਂ ਮੈਨੂੰ ਤਾਂ ਕੁਛ ਵੀ ਨਹੀਂ ਚਾਹੀਦਾ ਮੈਨੂੰ ਤਾਂ ਉਹੀ ਤੌਰ ਤੇ ਪਿਆਰ ਆ ਰਿਹਾ ਸੀਗਾ 2 ਸਾਲ ਹੋ ਗਏ ਆਪਣਾ ਵਿਆਹ ਹੋਏ ਨੂੰ ਮੈਨੂੰ ਪਤਾ ਹੁੰਦਾ ਤੇਰੇ ਰੋਮੈਂਟਿਕ ਹੋਣ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਆ ਹੱਦ ਹੀ ਹੋ ਗਈ ਤੁਹਾਨੂੰ ਤਾਂ ਮੇਰੇ ਪਿਆਰ ਤੇ ਵੀ ਸ਼ੱਕ ਹੋਈ ਜਾਂਦਾ ਠੀਕ ਆ ਮੈਨੂੰ ਲਾਲਚ ਆ ਗੁੱਸਾ ਮਾੜਾ ਚੱਟੀ ਦਾ ਮੈਂ ਤੇਰੇ ਗਿਫਟ ਮੋੜ ਦੂੰਗੀ ਜੇ ਮੇਰਾ ਦਿਲ ਯਾਰ ਇੱਕ ਤਾਂ ਤੇਰੇ 'ਚ ਆਕੜ ਬਹੁਤ ਆ ਮਿੰਟ 'ਚ ਰੱਸੀ ਉਹ ਵੱਟ ਚੜ ਦੇਣੀ ਆ ਹਾਂ ਤੇ ਤੁਸੀਂ ਗੱਲਾਂ ਹੀ ਗੁੱਸੇ ਵਾਲੀ ਕਰਦੇ ਹੋ ਚਲੋ ਸੌਰੀ ਯਾਰ ਨਹੀਂ ਮੈਂ ਨਹੀਂ ਬੋਲਣਾ ਪਲੀਜ਼ ਸੌਰੀ ਹੁੰਦਾ ਮੰਨ ਜਾ ਮੈਂ ਨਹੀਂ ਬੋਲਣਾ ਸੌਰੀ ਯਾਰ ਪਲੀਜ਼ ਬਹੁਤਾ ਨਾ ਨਾਟਕ ਨਾ ਕਰੋ ਮੈਨੂੰ ਮਨਾਉਣ ਦੇ ਜਾਣਦੀ ਮੈਂ ਕਿੰਨਾ ਪਿਆਰ ਕਰਦੇ ਮੈਨੂੰ ਉਹ ਮੈਨੂੰ ਪਿਆਰ ਦਾ ਤਾਂ ਕੋਈ ਅੰਦਾਜ਼ਾ ਨਹੀਂ ਮੈਂ ਤੈਨੂੰ ਕਿੰਨਾ ਕਰਦਾ ਪਰ ਜੇ ਯਾਰ ਇਹ ਦੁਨੀਆ 'ਚ ਕੋਈ ਸਭ ਤੋਂ ਵੱਧ ਪਿਆਰ ਆ ਤਾਂ ਉਹ ਤੂੰ ਆ ਬਸ ਕਰੋ ਸਵੇਰ ਦੇ ਤੁਹਾਡੇ ਮੂੰਹ ਵੱਲ ਦੇਖ ਰਹੀ ਹਾਂ ਮੈਂ ਕਿ ਤੁਸੀਂ ਕੁਛ ਕਹੋਗੇ ਪਰ ਤੁਹਾਨੂੰ ਕਿੱਥੇ ਕੁਛ ਯਾਦ ਆ
ਯਾਰ ਇੰਨੇ ਕੰਮ ਹੁੰਦੇ ਨੇ ਇੰਨੀਆਂ ਟੈਨਸ਼ਨਾਂ ਆਉਂਦੀਆਂ ਨੇ ਬੰਦਾ ਕੀ ਯਾਦ ਰੱਖ ਲਊਗਾ ਤੂੰ ਵੀ ਦੱਸ ਦੇ ਕੀ ਕਿਹੜਾ ਚਾਹੀਦਾ ਸੀ ਬਸ ਮੈਨੂੰ ਨਹੀਂ ਲੋੜ ਕੁਝ ਦੱਸਣ ਦੀ ਜੇ ਤੁਹਾਨੂੰ ਕੁਝ ਯਾਦ ਹੀ ਨਹੀਂ ਉਹ ਚੱਲ ਛੱਡ ਇਹਨਾਂ ਗੱਲਾਂ ਨੂੰ ਆਇਆ ਮੈਂ ਤੈਨੂੰ ਕੁਝ ਦਿਖਾਉਣਾ ਮੈਂ ਨਹੀਂ ਕਿੱਥੇ ਜਾਣਾ ਉਹ ਆ ਜਾ ਯਾਰ ਬਸ ਮੈਂ ਨਹੀਂ ਕਿੱਥੇ ਜਾਣਾ ਉਹ ਆ ਜਾ ਯਾਰ ਬਸ ਮੈਂ ਨਹੀਂ ਕਿੱਥੇ ਆਉਣਾ ਟੋਚਨਾ ਦਾ ਜੱਟ ਨਹੀਂ ਸਕੀ ਨੰਬਰ ਟੱਪੋਂ ਜੇ ਤੂੰ ਵੜੀਆਂ ਕਰੇਂਗੀ ਨਹੀਂ ਮੈਂ ਲਹਿ ਜੂ ਖਿੱਚ ਕੇ ਉਹ ਆ ਜਾ ਨਹੀਂ ਜਾਣਾ ਉਹ ਆ ਜਾ ਤੂੰ ਇੱਥੇ ਕਿਉਂ ਲੈ ਕੇ ਆਇਆ ਉਹ ਤੂੰ ਬੈਠ ਤਾਂ ਸਹੀ ਇੱਥੇ ਕਿਉਂ ਬਿਠਾਇਆ ਇੱਕ ਮਿੰਟ ਬੈਠ ਹੈਪੀ ਮੈਰਿਜ਼ ਹਾਏ ਤੁਹਾਨੂੰ ਯਾਦ ਸੀਗਾ ਮੈਂ ਸੋਚਿਆ ਤੁਸੀਂ ਭੁੱਲ ਗਏ ਤੁਸੀਂ ਤਾਂ ਮੈਨੂੰ ਸਰਪ੍ਰਾਈਜ਼ ਹੀ ਕਰਤਾ ਵਾਓ ਦੇਖੋ ਕਿਵੇਂ ਲੱਗਦੀ ਆ ਬਹੁਤ ਕੈਮ ਲੱਗ ਰਹੀ ਆ ਬਹੁਤ ਸੋਹਣੀ ਡਰੈਸ ਆ ਜੇ ਮੈਂ ਤੁਹਾਨੂੰ ਸਵੇਰੇ ਹੀ ਦੱਸ ਦਿੰਦਾ ਪਰ ਤੁਹਾਨੂੰ ਇੰਨੀ ਖੁਸ਼ੀ ਥੋੜ੍ਹਾ ਹੋਣੀ ਸੀ ਜਿੰਨੀ ਹੁਣ ਹੋਈ ਆ ਨਾਲੇ ਸਵੇਰੇ ਤੁਹਾਡੀ ਸਕੂਟੀ ਸਟਾਰਟ ਨਾ ਹੋਣ ਦਾ ਕਾਰਨ ਵੀ ਮੈਂ ਹੀ ਸੀ ਤੁਸੀਂ ਹਾਂਜੀ ਮੈਂ ਤੁਹਾਨੂੰ ਆਪਣੇ ਨਾਲ ਲਿਆਉਣਾ ਚਾਹੁੰਦਾ ਸੀ ਇਸੇ ਕਰਕੇ ਮੈਂ ਤੁਹਾਡੀ ਸਕੂਟੀ ਦੀ ਸੈਲਫ ਦੀ ਤਾਰ ਲਾਤੀ ਸੀ ਸੱਚੀ ਹਾਂਜੀ ਹਾਏ ਤੁਸੀਂ ਕਿੰਨੀ ਪਲੈਨਿੰਗ ਕੀਤੀ ਹੋਈ ਸੀਗੀ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਥੈਂਕ ਯੂ ਜੀ ਬਸ ਮੈਨੂੰ ਇੱਦਾਂ ਹੀ ਖੁਸ਼ ਰੱਖਿਓ ਹੋ ਜਿੰਨਾ ਚਿਰ ਸਾਹਾਂ ਵਿੱਚ ਸਾਹ ਰਹੂਗਾ ਓਨਾ ਚਿਰ ਸਾਹਾਂ ਵਿੱਚ ਤੂੰ ਪਤਲੋ ਬਣ ਤੂੰ ਗਈ ਸੀ ਪਹਿਲਾਂ ਜਾਨ ਜੱਟ ਦੀ ਹੁਣ ਬਣ ਬੇਬੇ ਦੀ ਤੂੰ ਪਤਲੋ ਸੌਂ ਲੱਗੇ ਤੇਰੇ ਬਿਨਾਂ ਮਾਰੀ ਚਾਹੂੰਗਾ ਕਰ ਜ਼ਿੰਦਗੀ ਤੇ ਮੇਰੀ ਅਹਿਸਾਨ ਮਿੱਠੀਏ ਪਰ ਹੁਣ ਤਾਂ ਰੱਖੜੀ ਚ ਵੀ ਥੋੜੇ ਦਿਨ ਨੇ ਫਿਰ ਆਪਾਂ ਰੱਖੜੀ ਨੂੰ ਚਲੇ ਜਾਵਾਂਗੇ ਹਾਂ ਵੈਸੇ ਗੱਲ ਤਾਂ ਠੀਕ ਹੈ ਰੱਖੜੀ ਵੀ ਨੇੜੇ ਆ ਰਹੀ ਹੈ ਆਪਾਂ ਰੱਖੜੀ ਨੂੰ ਚੱਲਾਂਗੇ ਮੈਂ ਮੰਮਾ ਨੂੰ ਫੋਨ ਕਰ ਲਈ ਕਿ ਆਪਾਂ ਰੱਖੜੀ ਨੂੰ ਆਵਾਂਗੇ ਠੀਕ ਆ ਕੱਲ ਜੀ ਰੱਖੜੀ ਹੈ ਆਪਾਂ ਅੱਜ ਜਾਣਾ ਮੈਨੂੰ ਦੱਸ ਦੋ ਤੁਹਾਡੇ ਕਿਹੜੇ ਕੱਪੜੇ ਪ੍ਰੈਸ ਕਰਨੇ ਮੈਂ ਕਰ ਦੇਣੀ ਜਿਹੜੇ ਮਰਜ਼ੀ ਕਰਦੇ ਸਾਨੂੰ ਨਹੀਂ ਬੰਦਿਆਂ ਨੂੰ ਕੱਪੜਿਆਂ ਦਾ ਕੋਈ ਹੁੰਦਾ ਯਾਰ ਤੁਹਾਨੂੰ ਜਨਾਨੀਆਂ ਨੂੰ ਆਦਤ ਹੁੰਦੀ ਆ ਬਦਲ ਬਦਲ ਸੂਟ ਦਿਖਾਉਣ ਦੀ ਜਿਹੜੇ ਪ੍ਰੈਸ ਕਰਦੇ ਕੀ ਮੈਂ ਤਾਂ ਉਹੀ ਪਾਜੂਗਾ ਲੈ ਫਿਰ ਵੀ ਸਹੁਰੇ ਘਰੇ ਜਾਣਾ ਟੌਰ ਟੂਰ ਕੱਟ ਕੇ ਜਾਇਓ ਐ ਥੋੜਾ ਹੁੰਦਾ ਉਹ ਲੈ ਮੈਨੂੰ ਨਹੀਂ ਇਹਨਾਂ ਟੌਰ ਟੂਰ ਦਾ ਹੁੰਦਾ ਮੇਰੇ ਇਸੇ ਸਕਿੰਨੀ ਵੀ ਤੂੰ ਹੀ ਲਾ ਲਈ ਚਲੋ ਠੀਕ ਆ ਫਿਰ ਮੈਂ ਆਪਦੀ ਮਰਜ਼ੀ ਨਾਲ ਹੀ ਕਰ ਦੂੰ ਦੋਨੋਂ ਮੈਚਿੰਗ ਕਰਕੇ ਪਾਵਾਂਗੇ ਆਪਣੇ ਸੂਟ ਦੇ ਨਾਲ ਦੀ ਮੈਚਿੰਗ ਪੱਗ ਪਵਾਉਂਗੀ ਤੁਹਾਨੂੰ ਅੱਜ ਉਹ ਕੀਦਾ ਫੋਨ ਆ ਗਿਆ ਲੈ ਤੇਰੀ ਨਣ ਦਾ ਹੀ ਫੋਨ ਆ ਗਿਆ ਇਹ ਕਹਿੰਦੀ ਮੇਰੇ ਕੋਲ ਵੀ ਆ ਜਾਓ ਕੋਈ ਨਾ ਆਪਾਂ ਕੱਲ ਪ੍ਰੀਤ ਕੋਲ ਵੀ ਜਾ ਆਵਾਂਗੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਸਾਡੀ ਬੋਲੀ ਹਾਂ ਹੁਣ ਤਾਂ ਤੈਨੂੰ ਮੈਂ ਬੋਲੀ ਲੱਗਣੀ ਹੋਈ ਆ ਹੁਣ ਤਾਂ ਤੈਨੂੰ ਆਪਣੀ ਘਰ ਵਾਲੀ ਸਿਆਣੀ ਲੱਗਦੀ ਆ ਓਹੋ ਤੂੰ ਤਾਂ ਮਜ਼ਾਕ ਨੂੰ ਵੀ ਸੀਰੀਅਸ ਲੈ ਜਾਂਦੀ ਆ ਕਦੇ ਹੱਸ ਖੇਡ ਵੀ ਲਿਆ ਕਰ ਸਾਰਾ ਦਿਨ ਗੁੱਸਾ ਨੱਕ ਤੇ ਹੀ ਰੱਖਦੀ ਆ ਮੈਂ ਤੇ ਤੇਰਾ ਜੀਜਾ ਆ ਰਿਹਾ ਸ਼ਾਮ ਨੂੰ ਨਾਲੇ ਰਾਤ ਰਹਿ ਜਾਗੇ ਤੇ ਨਾਲੇ ਤੇਰੇ ਰੱਖੜੀ ਬੰਨ ਕੇ ਜਾਵਾਂਗੇ ਠੀਕ ਆ ਆਜੋ ਚਲੋ ਚੰਗਾ ਕਰੋ ਤਿਆਰੀ ਫਿਰ ਅਸੀਂ ਆ ਰਹੇ ਹਾਂ ਓਕੇ ਯਾਰ ਆਪਣਾ ਜਾਣਾ ਤਾਂ ਕੈਂਸਲ ਹੋ ਗਿਆ ਪ੍ਰੀਤ ਤੇ ਭਾਜੀ ਦੋਨੋਂ ਆ ਰਹੇ ਨੇ ਕਹਿੰਦੇ ਨਾਲੇ ਤੇਰੇ ਰੱਖੜੀ ਬੰਨ ਜਾਗੇ ਲੈ ਮੈਂ ਤਾਂ ਮੰਮਾ ਨੂੰ ਫੋਨ ਕਰਤਾ ਸੀਗਾ ਉਹ ਤਾਂ ਪੂਰੀ ਤਿਆਰੀ ਕਰਕੇ ਬੈਠੇ ਹੋਣਗੇ ਉਹ ਤਿਆਰੀ ਨੂੰ ਕਿਹੜਾ ਉਹਨਾਂ ਨੇ ਟੈਂਟ ਲਾਇਆ ਹੋਣਾ ਸਮਾਨ ਇਹ ਲਿਆਂਦਾ ਉਹ ਆਪ ਖਾ ਲੈਣਗੇ ਮੰਮੀ ਉਹਨੂੰ ਤਾਂ ਚਾਹ ਚੜਿਆ ਪਿਆ ਵੀ ਉਹਨਾਂ ਦੀ ਧੀ ਆ ਰਹੀ ਹੈ ਉਹ ਸੁਣ ਕੇ ਉਦਾਸ ਹੋ ਜਾਣਗੇ ਤੁਸੀਂ ਦੀਦੀ ਨੂੰ ਕਹਿ ਦਿਓ
ਅਸੀਂ ਵੀ ਆ ਜਾਵਾਂਗੇ। ਲੈ ਯਾਰ ਮੈਂ ਐਵੇਂ ਕਹਿੰਦਾ ਚੰਗਾ ਲੱਗਦਾ, ਉਹ ਕੀ ਸੋਚੂਗੀ ਵੀ ਜੇ ਹੁਣ ਬੇਬੇ ਬਾਪੂ ਨਹੀਂ ਹੈਗੇ ਮੈਨੂੰ ਘਰੇ ਨਹੀਂ ਆਉਣ ਦਿੰਦੇ। ਓਹੋ ਆਮ ਤੋਂ ਥੋੜਾ ਰੋਕ ਰਹੀ ਆ, ਇੱਕ ਦੋ ਦਿਨ ਬਾਅਦ ਆ ਜਾਣ, ਟੱਕੜੀ ਆਪਾਂ ਉਹਨਾਂ ਕੋਲ ਜਾ ਕੇ ਬਣਾਵਾਂਗੇ। ਉਹ ਪਹਿਲੀ ਬਹੁਤ ਗੁੱਸੇ ਹੋ ਰਹਾ, ਉਹਨੇ ਗੱਲ ਸਮਝਣੀ ਨਹੀਂ ਹੈਗੀ, ਤੂੰ ਹੀ ਫੇਰ ਜਾਇਆ ਵੀ। ਲੈ ਮੈਂ ਵੀ ਤਾਂ ਰੱਖੜੀ ਬੰਦਨੀ ਸੀ ਆਪਣੇ ਭਰਾ ਦੇ, ਕੱਲਾ ਕੱਲਾ ਭਰਾ ਹੈ ਮੇਰਾ। ਉਹ ਤਾਂ ਵਿਹਲੇ ਵਹਿਮ ਨੇ ਯਾਰ ਰੱਖੜੀਆਂ ਦੇ, ਪਿਆਰ ਤਾਂ ਦਿਲ 'ਚ ਹੋਣਾ ਚਾਹੀਦਾ, ਧਾਗੇ ਬੰਨ ਕੇ ਜ਼ਿਆਦਾ ਪਿਆਰ 'ਚ ਤਾਂ ਆ ਜਾਂਦਾ। ਚਲੋ ਠੀਕ ਆ, ਮੈਂ ਕਹਿ ਦੇਣੀ ਆ ਮੰਮੀ ਔਰ ਨੂੰ ਫੋਨ ਕਰਕੇ, ਅਸੀਂ ਅੱਜ ਨਹੀਂ ਆ ਰਹੇ, ਅਸੀਂ ਫੇਰ ਆ ਜਾਵਾਂਗੇ। ਹਾਂ ਯਾਰ ਤੂੰ ਫੋਨ ਕਰ ਦੇ, ਮੈਂ ਵੀ ਮਜਬੂਰ ਹਾਂ, ਮੇਰੀ ਮਜਬੂਰੀ ਤੂੰ ਚੰਗੀ ਤਰ੍ਹਾਂ ਸਮਝਦੀ ਹੈ। ਮੈਂ ਸਮਝਦੀ ਹਾਂ ਤੁਹਾਡੀ ਮਜਬੂਰੀ, ਉਹ ਵੈਸੇ ਵੀ ਬਹੁਤ ਟਾਈਮ ਬਾਅਦ ਆ ਰਹੇ ਆਪਣੇ ਕੋਲ ਰਾਤ ਰਹਿਣ ਲਈ। ਕੁੜੀ ਨੂੰ ਪੁੱਛ ਕਿੰਨੇ ਕੁ ਟਾਈਮ ਤੱਕ ਆਉਣਗੇ। ਹਾਂ ਬਾਪੂ ਮੈਂ ਕਰਦਾ ਫੋਨ। ਹੈਲੋ, ਮੈਂ ਫੋਨ ਕਰਨਾ ਹੀ ਸੀ, ਵੀਰੇ ਦਾ ਫੋਨ ਆ ਗਿਆ। ਹੈਲੋ ਵੀਰੇ। ਹਾਂ ਭੈਣ ਕਿੰਨੇ ਟਾਈਮ ਤੱਕ ਆਉਂਗੇ। ਵੀਰੇ ਅਸੀਂ ਅੱਜ ਨਹੀਂ ਆ ਰਹੇ, ਅਸੀਂ ਫੇਰ ਆਵਾਂਗੇ, ਮੇਰੀ ਨਿਨਾਣ ਨੇ ਆਣਾ ਅੱਜ। ਲੈ ਭੈਣੇ ਤਾਂ ਫੁੱਲ ਤਿਆਰੀ ਕਰੀ ਬੈਠੇ ਆ, ਬੇਬੇ ਬਾਪੂ ਤਾਂ ਸਵੇਰੇ ਚਾਹ ਚਾਣੀ ਬੈਠੇ ਨੇ। ਵੀਰੇ ਅਸੀਂ ਵੀ ਤਿਆਰੀ ਕਰ ਹੀ ਰੱਖੀ ਸੀ, ਫਿਰ ਮੇਰੀ ਨਿਨਾਣ ਦਾ ਫੋਨ ਆ ਗਿਆ ਵੀ ਅਸੀਂ ਆ ਰਹੇ ਆ। ਚਲੋ ਮਰਜ਼ੀ ਆ ਤੁਹਾਡੀ, ਜਿਵੇਂ ਤੁਹਾਨੂੰ ਠੀਕ ਲੱਗਦਾ। ਬਾਪੂ ਭੈਣ ਕਹਿੰਦੀ ਮੈਂ ਤਾਂ ਆਉਂਦੀ ਨਹੀਂ, ਤੁਸੀਂ ਨਣਦ ਨੇ ਆਉਣਾ ਅੱਜ। ਚਲੋ ਜੇ ਕਿਹੜਾ ਜ਼ਰੂਰੀ ਆ ਫੇਰ ਆ ਜਾਣਗੇ। ਯਾਰ ਆਪਾਂ ਨੂੰ ਸੂਟ ਵੀ ਲੈਣਾ ਪਊਗਾ ਰੱਖੜੀ ਦੇ ਦੇਣ ਵਾਸਤੇ। ਹਾਂ ਕੋਈ ਗੱਲ ਨਹੀਂ, ਆਪਾਂ ਲੈ ਆਉਂਦੇ ਹਾਂ ਜਾ ਕੇ। ਚਲ ਫਿਰ ਚੱਲਦੇ ਹਾਂ। ਹਾਂਜੀ ਚਲੋ। ਦੇਖ ਲਓ ਜਦੋਂ ਬੇਬੇ ਹੁੰਦੀ ਸੀ ਤਾਂ ਗੇਟ 'ਚ ਖੜੀ ਰਹਿੰਦੀ ਸੀ, ਹੁਣ ਦੇਖ ਲਓ ਕੋਈ ਗੇਟ ਖੋਲਣ ਵੀ ਨਹੀਂ ਆਇਆ, ਇੰਨਾ ਫਰਕ ਪੈ ਗਿਆ। ਉਹ ਚੱਲ ਕੋਈ ਨਾ, ਨਹੀਂ ਪਤਾ ਲੱਗਿਆ ਹੋਣਾ ਅੰਦਰ, ਤੂੰ ਆਏ ਨਾ ਪਰਛਾਵਾਂ ਨਾ ਰੁੱਸਾ ਹੈਗਾ, ਆ ਜਾ ਭੈਣ ਵੀ ਆ ਗਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਬੈਠੋ, ਮੈਂ ਕੱਲ੍ਹ ਰਿਕਾਰਡਿੰਗ ਲੈ ਕੇ ਆਉਂਦੀ ਹਾਂ। ਅਭੀ ਆ ਵੀ ਲੱਜੋ।
ਭਾਬੀ ਤੁਹਾਨੂੰ ਪਤਾ ਨਹੀਂ ਪਵਨ ਚਾਹ ਨਹੀਂ ਪੀਂਦੇ, ਫਿਰ ਵੀ ਤੁਸੀਂ ਚਾਹ ਮੱਥੇ ਮਾਰੀ। ਜੇ ਦੁੱਧ ਘੱਟ ਸੀ ਤਾਂ ਮੈਨੂੰ ਕਹਿ ਦਿੰਦੇ, ਮੈਂ ਨਾਲ ਲੈ ਆਉਂਦੀ। ਨਹੀਂ ਪ੍ਰੀਤ, ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਮੈਨੂੰ ਨਹੀਂ ਪਤਾ ਸੀ ਕਿ ਭਾਜੀ ਚਾਹ ਨਹੀਂ ਪੀਂਦੇ। ਤੂੰ ਖੜ, ਮੈਂ ਦੁੱਧ ਲੈ ਕੇ ਆਉਂਦੀ ਹਾਂ। ਜੋ ਇੱਜ਼ਤ ਮਾਂ ਬਾਪ ਵੇਲੇ ਹੁੰਦੀ ਹੈ ਪੇਕੇ ਘਰ, ਉਹ ਗੱਲ ਕਾਹਨੂੰ ਬਣਦੀ ਹੈ ਵੀਰੇ ਭਾਬੀਆਂ ਨਾਲ। ਨਹੀਂ ਪ੍ਰੀਤ, ਤੈਨੂੰ ਵਹਿਮ ਹੋਇਆ, ਮੈਨੂੰ ਆਪਣੇ ਭਰਾ ਦੀ ਸੌਂ ਲੱਗੇ। ਮੈਂ ਕਦੀ ਤੇਰੇ 'ਚ ਫਰਕ ਨਹੀਂ ਕੀਤਾ, ਮੈਂ ਤੈਨੂੰ ਹਮੇਸ਼ਾ ਆਪਣੀ ਛੋਟੀ ਭੈਣ ਵਾਂਗ ਪਿਆਰ ਕੀਤਾ। ਮੈਂ ਕਦੀ ਨਹੀਂ ਸੋਚਿਆ ਕਿ ਤੂੰ ਮੇਰੀ ਨਾਨ ਹੈ। ਹਾਂਜੀ, ਮੈਨੂੰ ਚਾਹ ਬਣਾਇਓ, ਮੈਂ ਤੁਹਾਡੇ ਦੁੱਧ ਲੈ ਕੇ ਆਈ ਹਾਂ। ਹੋ ਲੈ, ਫਿਰ ਕੀ ਹੋ ਗਿਆ? ਮੈਂ ਕੀ ਲਾਲਿਆਂ ਦਾ ਮੁੰਡਾ ਵੀ ਚਾਹ ਨਹੀਂ ਪੀਂਦਾ? ਮੈਂ ਤਾਂ ਘਰੇ ਬਥੇਰੀ ਚਾਹ ਪੀਂਦਾ, ਜੇ ਉਰੇ ਪੀ ਲੂੰ ਫਿਰ ਕੀ ਹੋਜੂ? ਐਵੇਂ ਨਾ ਬਕਵਾਸ ਮਾਰਿਆ ਕਰੋ, ਸਹੁਰੇ ਘਰੇ ਆ ਕੇ ਨਾ ਥੋੜਾ ਟੌਰਨਾ ਰਹਿਣਾ ਸਿੱਖ ਲਓ। ਉਹ ਚੱਲ ਫਿਰ ਕੀ ਹੋ ਗਿਆ, ਇਹ ਕੀ ਬਗਾਨਾ ਘਰ ਹੈ, ਆਪਣੇ ਘਰ ਹੈ ਕੁੜੀਏ, ਤੂੰ ਬਾਹਲਾ ਨਾ ਬੋਲਿਆ ਕਰ। ਭਾਬੀ ਮਾਂ ਹੁੰਦੀ ਆ। ਪ੍ਰੀਤ, ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ, ਫਿਰ ਤੂੰ ਸਾਡੇ ਤੇ ਗੁੱਸਾ ਨਾ ਹੋ। ਗਲਤੀ ਤੁਹਾਡੇ ਤੋਂ ਨਹੀਂ ਹੋਈ, ਗਲਤੀ ਮੈਂ ਕੀਤੀ ਆ ਇੱਥੇ ਆ ਕੇ, ਜਿਹੜਾ ਬਗਾਨੇ ਪੁੱਤ ਸਾਹਮਣੇ ਮੈਂ ਬੇਇੱਜ਼ਤੀ ਕਰਾਈ। ਓਹੋ, ਭੈਣੇ ਦੱਸਤਾ ਸਹੀ, ਅਸੀਂ ਕਾਹਦੇ 'ਚ ਬੇਇੱਜ਼ਤੀ ਕਰਤੀ ਤੇਰੀ? ਤੁਹਾਡਾ ਕਸੂਰ ਇਹ ਹੈ ਤੁਸੀਂ ਸਾਡੇ ਆਣ ਕਰਕੇ ਉਹਨੂੰ ਰੁਕੇ, ਇਹ ਆਪਣੀ ਨਣਦ ਨੂੰ ਘਰੇ ਛੱਡ ਕੇ ਆਈ ਹੈ, ਤੁਸੀਂ ਵੀ ਐਂ ਕਰਨਾ ਸੀ। ਇਹਨੂੰ ਬਾੜੀ ਇੱਜ਼ਤ ਰਾਸ ਨਹੀਂ ਆਉਂਦੀ, ਜੇ ਇਹਨੇ ਕਦੇ ਕਿਸੇ ਦੀ ਇੱਜ਼ਤ ਕੀਤੀ ਹੋਵੇ ਤਾਂ ਇਹਨੂੰ ਪਤਾ ਲੱਗੇ ਵੀ ਇੱਜ਼ਤ ਕੀ ਹੁੰਦੀ ਹੈ। ਮੈਂ ਕਦੋਂ ਨਹੀਂ ਇੱਜ਼ਤ ਕੀਤੀ ਤੁਹਾਡੀ? ਮੇਰੀ ਇੱਜ਼ਤ ਤਾਂ ਕਰਦੀ ਹੈ, ਪਰ ਮੇਰੀ ਭੈਣ ਦੀ ਇੱਜ਼ਤ ਕੀਤੀ ਹੈ ਕਦੇ? ਜਦੋਂ ਦੀ ਤੂੰ ਮੇਰੇ ਘਰੇ ਆਈ ਹੈ ਮੇਰੀ ਭੈਣ ਨੇ ਇੱਕ ਵਾਰ ਵੀ ਮੇਰੇ ਗੁੱਟ 'ਤੇ ਰੱਖੜੀ ਨਹੀਂ ਮੰਨ ਕੇ ਦੇਖੀ। ਹਰੇਕ ਰੱਖੜੀ 'ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਨੂੰ ਘਰੋਂ ਲਿਆਉਂਦੀ ਹੈ ਤੂੰ। ਮੇਰੀ ਭੈਣ ਹਰ ਵਾਰ ਮੇਰੀ ਮਾਂ ਨੂੰ ਰੱਖੜੀ ਫੜਾ ਕੇ ਮੁੜ ਜਾਂਦੀ ਹੈ। ਮੈਂ ਤੁਹਾਡੇ ਸਾਰਿਆਂ ਤੋਂ ਗਲਤੀ ਮੰਨਦੀ ਹਾਂ, ਕਿਉਂਕਿ ਮੈਨੂੰ ਰਿਸ਼ਤਿਆਂ ਦੀ ਕਦਰ ਹੀ ਨਹੀਂ ਕਰਨੀ ਆਈ। ਸ਼ਾਇਦ ਮੇਰੇ ਦਿਮਾਗ 'ਚ ਹਮੇਸ਼ਾ ਈਗੋ ਰਹਿੰਦੀ ਸੀ। ਉਹ ਕਮਲੀਏ, ਭੈਣ ਭਾਈ ਦੇ ਘਰੇ ਹੱਥ ਜੋੜਦੀ ਚੰਗੀ ਨਹੀਂ ਲੱਗਦੀ, ਭੈਣਾਂ ਦਾ ਭਾਈਆਂ ਦੇ ਸਿਰ ਦਾ ਤਾਜ ਹੁੰਦੀਆਂ ਨੇ। ਖੁਸ਼ੀਆਂ ਦੀਆਂ ਪੀਂਦਾ ਝੂਟੇ, ਨੱਚੇ ਮੌਜ ਮਨਾਵੇ, ਨੱਚੇ ਮੌਜ ਮਨਾਵੇ, ਭੈਣ ਦੀ ਤੇਰੇ ਆਉਣ ਨੇੜੇ, ਦੁੱਖਾਂ ਦੇ ਪਰਛਾਵੇਂ, ਹਾਂ ਭੈਣ ਦੀ ਤੇਰੇ ਆਉਣ ਨੇੜੇ, ਦੁੱਖਾਂ ਦੇ ਪਰਛਾਵੇਂ,
ਸਿਰ ਤੇਰੇ ਤੇ ਹੱਥ ਰਹੇ ਉਸ ਸੱਚੇ ਸਾਈਂ ਦਾ ਟੁੱਟੇ ਨਾ ਪਿਆਰ ਕਦੇ ਭੈਣ ਭਾਈ ਦਾ ਟੁੱਟੇ ਨਾ ਪਿਆਰ ਕਦੇ ਭੈਣ ਭਾਈ ਦਾ